अज की वीडियो के आप गलबात करा पुराने टाइम की, जिमें आप अक्सर अपने दादा दादी नाना नानी तो सुनते होंगे भी पुराने टाइम जो फोन नहीं हों उदो जिंदगी किमें होंगी सी। तो कितने ना कि आप ना हूँ घर गल् भी करते कि आप घर पक्के पा ले कोठियां पा लिया, पर जे अपने घर परौने दो दिन भी आ जाते हैं ना तो अपन रोटी लाने भी औखी हो जाती है। सो अज है साढ़े ना बापू जी, सो इन्होंने वह भी टाइम देखिया तो अज का समा भी देखिया। आप इन्होंने गलबात करनी है कि उदों का दौर किमें का सी। सत श्रीकाल बापू जी। सत श्रीकाल भाई। सत श्रीकाल भाई सारे देखने वाले। तुसीं पहला तो आपका नाम दसो। मेरा नाम कौर सिंह है बेटे। ठीक है। एंड थोड़ा जन्म कदों होया, मतलब तुसीं किन्ने साल दे होगे? मेरा जन्म 56 दा पुत्र। 56 दा? ठीक। हाँ जी, हुण 66 साल दी उम्र हो गई बेटे। ते तुसी इंडिया तो कित्थों? इंडिया तो पहला तो असी बठिंडे जां बेटे। हाँ जी। हुण असी राजस्थान ते संगरिया मंडी। ठीक है। ते तुसी थोनू कैनेडा आया नू किन्ना क समा हो गया? कनेडा आए नू मैनू 5 साल हो गए पुत्र। 5 साल हो गए। ते तुसी इंडिया दे विच कोई नौकरी करदे सीगे या फिर थोड़ा खेतीबाड़ी कित्ता सीगा? मैं पहला बेटे मिलिट्री च नौकरी की थी। 20 साल उतो सर्विस करके। हाँ जी। फिर पेंशन आके खेती की थी। ठीक है बापू। फिर मैं कई साल खेती करने तो बाद फिर इत्थे आ गया, कनेडा पहुंच गया। ठीक है। ते तुसी जिवें ओ भी दौर देखिया होया वा ते टाइम बहुत ज्यादा बदल गया है ना। ਹੋਰ ਦੌਰ ਹੁੰਦਾ ਸੀਗਾ ਵੀ ਜਦੋਂ ਪਰਿਵਾਰ ਇਕੱਠੇ ਹੁੰਦੇ ਸੀਗੇ। ਸੋ ਬਸ ਅੱਜ ਆਪਾਂ ਉਹੀ ਗੱਲਬਾਤ ਕਰਨੀ ਆ ਵੀ ਆਪਣੀ ਵੀਡੀਓ ਦੇਖ ਕੇ ਲੋਕ ਉਹੀ ਟਾਈਮ 'ਚ ਚਲੇ ਆਉਣ, ਅਤੇ ਜਿਹੜੇ ਜਿਵੇਂ ਅੱਜ ਕੱਲ੍ਹ ਦੇ ਨੌਜਵਾਨ ਵੀ ਆ ਹੈ ਨਾ, ਉਹਨਾਂ ਨੂੰ ਇਹ ਗੱਲਾਂ ਦਾ ਨਹੀਂ ਪਤਾ ਹੁੰਦਾ ਕਿ ਉਦੋਂ ਕਿਵੇਂ ਟਾਈਮ ਹੁੰਦਾ ਸੀ, ਕਿਵੇਂ ਸਾਂਝੇ ਪਰਿਵਾਰ ਚੱਲਦੇ ਸੀਗੇ। ਸੋ ਤੁਸੀਂ ਦੱਸੋ ਕਿ ਤੁਹਾਡਾ, ਤੁਸੀਂ ਕਿੰਨੇ ਭੈਣ ਭਰਾ ਸੀ ਅਤੇ ਤੁਹਾਡਾ ਸਾਂਝਾ ਪਰਿਵਾਰ ਹੀ ਸੀਗਾ ਉਦੋਂ ਵੀ? ਅਸੀਂ 7 ਭੈਣ ਭਰਾ ਸੀ ਵਿਲਿਆ। ਹਾਂਜੀ। ਸਾਂਝੇ ਪਰਿਵਾਰ ਸੀ। ਹਾਂਜੀ। ਗਾਹਾਂ ਇਕੱਲੇ ਭੈਣ ਭਰਾਵਾਂ ਦੇ ਨਹੀਂ, ਤਾਏ ਚਾਚਿਆਂ ਦੇ ਪਰਿਵਾਰ ਵੀ ਇਕੱਠੇ ਹੁੰਦੇ ਸੀ। ਇਕੱਠੇ ਸੀ। ਹਾਂਜੀ। ਤਾਂ ਸਾਰੇ ਰਲ ਮਿਲ ਕੇ ਵਿਆਹਾਂ ਸ਼ਾਦੀਆਂ 'ਚ ਤਾਂ ਕੋਈ ਲੱਕੜਾਂ ਪਾੜਨੀਆਂ, ਕੋਈ ਕੜਾਹੀ ਦਾ ਕੰਮ ਕਰਨਾ। ਹਾਂਜੀ। ਤਾਂ ਉਦੋਂ ਆਪਣੇ ਬਹਿਰੇ ਵਗੈਰਾ ਨਹੀਂ ਸੀ ਆਉਂਦੇ, ਘਰ ਦੇ ਪਰਿਵਾਰ ਹੀ ਕੰਮ ਕਰਦੇ ਸੀ। ਹਾਂਜੀ। ਆਪਸ ਵਿੱਚ ਆਪਦਾ ਭਾਈਚਾਰਾ ਹੀ ਇੱਕ ਦੂਜੇ ਦਾ ਸਾਥ ਦਿੰਦਾ ਸੀ। ਹਾਂਜੀ। ਜਿਵੇਂ ਤੁਸੀਂ ਸਾਨੂੰ ਮੈਨੂੰ ਦੱਸਿਆ ਵੀ ਤੁਸੀਂ 7 ਭੈਣ ਭਰਾ ਸੀ, ਹੁਣ ਦੀ ਜੇ ਆਪਾਂ ਪੀੜ੍ਹੀ ਦੇਖੀਏ ਤਾਂ ਅੱਜ ਕੱਲ੍ਹ ਦੇ ਬੱਚੇ ਕਹਿ ਦਿੰਦੇ ਕਿ ਅਸੀਂ ਇੱਕ ਬੱਚਾ ਹੀ ਰੱਖਣਾ ਵਾ, ਖਰਚਾ ਬਹੁਤ ਵੱਧ ਗਿਆ। ਪਰ ਤੁਸੀਂ ਉਦੋਂ ਦੇਖੋ ਉਦੋਂ ਇੰਨੇ ਭੈਣ ਭਰਾ ਹੁੰਦੇ ਸੀ, ਪਾਲ ਹੋ ਵੀ ਜਾਂਦੇ ਸੀਗੇ ਉਦੋਂ? ਇੱਕ ਤਾਂ ਬੇਟੇ ਜਵਾਨੇ ਚੰਗੇ ਸੀ। ਹਾਂਜੀ। ਇੱਕ ਉਦੋਂ ਇੰਨੇ ਨਾ ਆਪਣੇ ਘਰਾਂ ਦੇ ਖਰਚੇ ਹੈ ਨਹੀਂ ਸੀ। ਹਾਂਜੀ। ਅੱਜ ਜੇ ਕਿਸੇ ਕੋਲ 2 ਬੱਚੇ ਹੋ ਜਾਂਦੇ ਆ ਤਾਂ ਉਹਨੂੰ ਸਕੂਲ ਭੇਜਣੇ ਔਖੇ ਹੋ ਜਾਂਦੇ ਆ। ਅੱਜ ਕੱਲ੍ਹ ਸਕੂਲਾਂ ਦੀ ਐਡਰੈਸ, ਸਕੂਲਾਂ ਦੀ ਫੀਸ, ਸਕੂਲਾਂ ਦੇ ਆਉਣ ਜਾਣ ਦੇ ਖਰਚੇ ਇੰਨੇ ਜ਼ਿਆਦਾ ਵੱਧ ਗਏ, ਅੱਗੇ ਤਾਂ ਅਸੀਂ ਸਾਰੇ ਹੁੰਦੇ ਅਨਪੜ੍ਹ ਤੁਰੇ ਫਿਰਦੇ, ਆਪਦੇ ਕੰਮ ਕਰੀ ਜਾਂਦੇ, ਕੋਈ ਮਹੀਆਂ ਹਾਕੀ ਜਾਂਦਾ, ਕੋਈ ਹਲ ਵਾਹੀ ਜਾਂਦਾ, ਕੋਈ ਕੁਝ ਕਰੀ ਜਾਂਦਾ, ਕੰਮ ਕਰੀ ਜਾਂਦੇ, ਕਮਾਈ ਕਰੀ ਜਾਂਦੇ, ਖਾਈ ਜਾਂਦੇ। ਹੁਣ ਅੱਜ ਬੱਚਿਆਂ ਨੂੰ ਸਟੈਂਡਰਡ ਬਣਾਉਣਾ ਪੈਂਦਾ। ਉਹ ਸਟੈਂਡਰਡ ਦੇ ਨਾਲ ਬੱਚੇ 'ਤੇ ਖਰਚਾ ਵੀ ਬਹੁਤ ਆਉਂਦਾ। ਉਹ ਖਰਚੇ ਨਾਲ ਫਿਰ ਹੁਣ ਜ਼ਿਆਦਾ ਬੱਚਿਆਂ ਦੀ ਇੰਨੀ ਖਰਚੇ ਨਹੀਂ ਕਰ ਸਕਦਾ, ਦਿਨੋ ਦਿਨ ਜਾਇਦਾਦਾਂ ਘਟੀ ਜਾਂਦੀਆਂ, ਮਹਿੰਗਾਈ ਵਧੀ ਜਾਂਦੀ। ਇੱਕ ਇਹ ਵੀ ਦੱਸੋ ਜਿਵੇਂ ਤੁਸੀਂ ਕਿਹਾ ਵੀ 7 ਭੈਣ ਭਰਾ ਸੀ, ਇਕੱਠਾ ਪਰਿਵਾਰ ਸੀ, ਕਹਿੰਦੇ ਹੁੰਦੇ ਆ ਨਾ ਕਿ ਭਰਾ ਇਕੱਠੇ ਰਹਿ ਲੈਂਦੇ ਆ, ਜਨਾਨੀਆਂ ਇਕੱਠੀਆਂ ਨਹੀਂ ਰਹਿ ਸਕਦੀਆਂ ਹੁੰਦੀਆਂ ਨਾ, ਵੀ ਵਿਆਹਾਂ ਤੋਂ ਬਾਅਦ ਦੇ ਵਿੱਚ ਜਨਾਨੀਆਂ ਦੀ ਨੋਕ ਝੋਕ ਕਾਰਨ ਹੀ ਜਿਹੜੇ ਪਰਿਵਾਰ ਅੱਡ ਹੋ ਜਾਂਦੇ ਆ। ਉਦੋਂ ਕਿਵੇਂ ਹੁੰਦਾ ਸੀ ਜਿਹੜਾ ਪੁਰਾਣਾ ਜ਼ਮਾਨਾ ਸੀ ਨਾ ਬਿਲਿਆ? ਹਾਂਜੀ। ਉਦੋਂ ਮਤਲਬ ਬੰਦਿਆਂ ਦੀ ਥੋੜ੍ਹੀ ਜਿਹੀ ਅਹਿਮੀਅਤ ਜ਼ਿਆਦਾ ਸੀ। ਹਾਂਜੀ। ਕੀਮਤ ਸੀ, ਪੁਰਾਣੀਆਂ ਬੁੜੀਆਂ ਘੁੰਡ ਕੱਢਦੀਆਂ ਸੀ, ਇੱਕ ਦੂਜੇ ਮੂਹਰੇ ਬੋਲਦੀਆਂ ਨਹੀਂ ਸੀ। ਅੱਜ ਦਾ ਯੁੱਗ ਹੈ, ਕਿਸੇ ਦਾ ਘੁੰਡ ਨਹੀਂ, ਕਿਸੇ ਦਾ ਹੋਰ ਨਹੀਂ, ਹੁਣ ਲੜਾਈਆਂ, ਜੇ ਕਿਸੇ ਨੂੰ ਕੋਈ ਗੁੱਸਾ ਵੀ ਹੁੰਦਾ ਉਹ ਘੁੰਡ 'ਚ ਪਤਾ ਹੀ ਨਹੀਂ ਸੀ ਹੁੰਦਾ ਵੀ ਇਹਨੂੰ ਗੁੱਸਾ ਕਿ ਕੀ ਹੈ, ਅਤੇ ਨਾ ਹੀ ਪਰਿਵਾਰਾਂ 'ਚ ਉਹ ਹੁੰਦਾ। ਅੱਗੇ ਤਾਂ ਜਦੋਂ ਖੇਤਾਂ ਤੋਂ ਬਲਦ ਆਉਂਦੇ ਅਤੇ ਬੁੜੀਆਂ ਘਰੇ ਲੜੀ ਜਾਂਦੀਆਂ ਅਤੇ ਬਲਦਾਂ ਦੀ ਟੱਲੀ ਸੁਣ ਜਾਂਦੀ ਉਹਨਾਂ ਨੂੰ ਖੜਕਦੀ, ਅਤੇ ਉੱਥੇ ਛਾਏ ਹੋ ਜਾਂਦੀਆਂ ਵੀ ਬੰਦਿਆਂ ਨੂੰ ਨਾ ਪਤਾ ਲੱਗ ਜਾਏ ਅਸੀਂ ਲੜਦੀਆਂ ਸੀ, ਅੱਡੋ ਅੱਡ ਘੁੰਡ ਕੱਢ ਕੇ ਅਤੇ ਆਪਦੇ ਕੰਮਾਂ 'ਚ ਲੱਗ ਜਾਂਦੀਆਂ, ਅਤੇ ਬੰਦਿਆਂ ਨੂੰ ਬਾਹਰੋਂ ਆ ਕੇ ਪਤਾ ਨਹੀਂ ਸੀ ਲੱਗਦਾ ਵੀ ਸਾਡੇ ਘਰੇ ਕੋਈ ਲੜਾਈ ਹੋਈ ਹੈ ਜਾਂ ਕੀ ਹੋਇਆ। ਹਾਂਜੀ। ਅਤੇ ਅੱਜ ਦਾ ਯੁੱਗ ਹੈਗਾ ਵੀ ਫੋਨ ਉੱਥੇ ਨਾਲ ਦੀ ਨਾਲ ਹੀ ਖੜਕ ਜਾਂਦੇ ਆ। ਹਾਂਜੀ। ਪੇਕੀ ਵੀ ਜਾ ਵੜਦਾ, ਸਹੁਰੀ ਵੀ ਜਾ ਵੜਦਾ, ਬੰਦੇ ਕੋਲੇ ਵੀ ਜਾ। ਹਾਂਜੀ। ਇੱਕ ਇਹ ਹੋ ਗਿਆ ਨਾ ਕਿ ਬੱਸਾਂ ਆ ਗਈਆਂ, ਲੜਕੇ ਜਨਾਨੀਆਂ ਚਲੇ ਜਾਂਦੀਆਂ ਵੀ ਮੈਂ ਤਾਂ ਚੱਲੀ ਹੈ ਨਾ, ਉਦੋਂ ਸਾਧਨ ਘੱਟ ਹੁੰਦੇ ਸੀ, ਜਾਨੂੰ ਗੁੱਸਾ ਠੰਡਾ ਹੋ ਜਾਂਦਾ ਹੁੰਦਾ ਸੀ। ਸਾਧਨ ਵੀ ਘੱਟ ਸੀ ਤੇ ਦੇਸੀ ਖੁਰਾਕਾਂ ਸੀ, ਸਹਿਣ ਸ਼ਕਤੀਆਂ ਵੀ ਸੀਗੀਆਂ। ਹਾਂਜੀ ਹਾਂਜੀ। ਹੁਣ ਸਹਿਣ ਸ਼ਕਤੀ ਵੀ ਕਿਸੇ 'ਚ ਨਹੀਂ ਹੈ। ਹਾਂਜੀ। ਜਿਵੇਂ ਹੁਣ ਅੱਗੇ ਹੁੰਦਾ ਸੀ ਮਾਂ ਪਿਓ ਨੇ ਜਿੱਥੇ ਰਿਸ਼ਤਾ ਕਰ ਦੇਣਾ ਹੈ ਨਾ, ਆਪਾਂ ਕੁੜੀ ਵੀ ਨਹੀਂ ਸੀ, ਮਤਲਬ ਜਿਹੜੇ ਬੰਦੇ ਹੁੰਦੇ
ਸੀ ਜਾਂ ਕੁੜੀਆਂ ਨੂੰ ਨਹੀਂ ਸੀ ਪਤਾ ਹੁੰਦਾ ਮੇਰਾ ਘਰ ਵਾਲਾ ਕੌਣ ਆ ਵੀ ਉਦੋਂ ਵਿਆਹ ਜਿਵੇਂ ਤੁਹਾਡਾ ਵੀ ਉਹ ਟਾਈਮ 'ਚ ਵਿਆਹ ਹੋਇਆ ਹੋ ਤੁਸੀਂ ਆਪਦੇ ਵਿਆਹ ਦਾ ਦੱਸੋ ਕਿਸਾ ਵੀ ਜਦੋਂ ਤੁਸੀਂ ਬਰਾਤ ਲੈ ਕੇ ਗਏ ਕਹਿੰਦੇ ਹੁੰਦੇ ਸੀ ਨਾ ਕਿ ਉਦੋਂ ਬਰਾਤ ਰਾਤ ਨੂੰ ਰੁਕਦੀ ਵੀ ਹੁੰਦੀ ਸੀਗੀ ਹਾਂਜੀ ਉਹਦੇ ਬਾਰੇ ਦੱਸੋ ਸਾਨੂੰ ਉਦੋਂ ਕੀ ਚੱਕਰ ਸੀ ਬਿੱਲਿਆ ਵੀ ਉਦੋਂ ਤਾਂ ਮੁੰਡਾ ਕੁੜੀ ਜੇ ਮੁੰਡੇ ਨੂੰ ਐਂ ਹੋ ਜਾਂਦਾ ਵੀ ਇਹਨੂੰ ਦੇਖਣ ਵਾਲੇ ਆਏ ਹੈ ਹਾਂਜੀ ਤਾਂ ਉਹ ਖੇਤੋਂ ਦੋ ਤਿੰਨ ਜਾਣੇ ਉਹਨੂੰ ਲੈ ਕੇ ਆਉਂਦੇ ਫੜ ਕੇ ਵੀ ਤੈਨੂੰ ਦੇਖਣ ਵਾਲੇ ਇੰਨਾ ਸੰਗਦੇ ਸੀ ਹਾਂਜੀ ਤੇ ਉਹਨੇ ਲਿਆ ਕੇ ਫਿਰ ਉਹ ਦੇਖਾ ਦਿਖਾਈ ਹੋਣੀ ਹਾਂਜੀ ਤੇ ਫਿਰ ਉਹ ਵਿਆਹ ਵੂ ਹੋਣੇ ਕੁੜੀਆਂ ਕਤਰੀਆਂ ਤਾਂ ਜ਼ਿਆਦਾ ਸੰਗਦੀਆਂ ਸੀ ਉਦੋਂ ਇਹ ਗੱਲਾਂ ਨਹੀਂ ਸੀ ਹੁੰਦੀਆਂ ਤੇ ਅੱਜ ਦਾ ਯੁੱਗ ਹੈ ਹੁਣ ਫਿਰ ਫਾਰਵਰਡ ਹੈ ਤੇ ਦਾਜ ਉਦੋਂ ਵੀ ਚੱਲਦਾ ਹੁੰਦਾ ਸੀ ਕਿ ਨਹੀਂ ਨਹੀਂ ਦਾਜ ਬੜੇ ਘੱਟ ਸੀ ਵੇਲੇ ਦਾਜ ਘੱਟ ਸੀ ਮਠਿਆਈਆਂ ਵਗੈਰਾ ਦੇਸੀ ਘਿਓ ਦੀਆਂ ਬਣਦੀਆਂ ਸੀ ਹਾਂਜੀ ਤੇ ਉਦੋਂ ਵੈਸੇ ਵੀ ਇਦਾਂ ਹੁੰਦੇ ਸੀਗੇ ਨਾ ਕਿ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਉਹੀ ਘਰ ਚਲਾਉਂਦੇ ਹੁੰਦੇ ਸੀ ਉਦੋਂ ਚਾਬੀ ਇੱਕ ਦੇ ਹੱਥ 'ਚ ਹੁੰਦੀ ਸੀ ਹਾਂਜੀ ਜਿਹੜੇ ਘਰ ਦੇ ਮੋਢੀ ਹੈ ਉਹਨਾਂ ਨੂੰ ਵੀ ਪਤਾ ਵੀ ਕਿੱਥੋਂ ਲੈਣਾ ਹੈ ਕਿੱਥੋਂ ਦੇਣਾ ਹੈ ਕਿੱਧਰ ਕੀ ਕਰਨਾ ਹੈ ਕਿਹੜੇ ਖੇਤ 'ਚ ਕੀ ਬੀਜਣਾ ਹੈ ਉਹਦਾ ਵੀ ਉਸ ਇੱਕੇ ਨੇ ਲਿਆ ਕੇ ਦੇਣਾ ਕੰਮ ਵਾਲਿਆਂ ਨੇ ਕੰਮ ਕਰੀ ਹਾਂਜੀ ਜਿਹੜੇ ਦੀ ਮਹੀਆਂ 'ਤੇ ਡਿਊਟੀ ਉਹਨੇ ਮਹੀਆਂ ਹੀ ਸਾਂਭੀ ਜਾਣੀਆਂ ਜਿਹਦੀ ਖੇਤ ਦੀ ਡਿਊਟੀ ਉਹਨੇ ਖੇਤ ਕਰੀ ਜਾਣਾ ਅੱਡੋ ਅੱਡੀ ਡਿਊਟੀਆਂ ਆਪੋ ਆਪਣੇ ਕੰਮ ਸਾਂਭੀ ਰੱਖਦੇ ਸੀ ਹਾਂਜੀ ਅਤੇ ਇੱਕ ਇਹ ਵੀ ਦੱਸੋ ਵੀ ਜਿੱਦਾਂ ਉਦੋਂ ਫੋਨ ਨਹੀਂ ਸੀ ਹੁੰਦਾ ਤੁਸੀਂ ਵੀ ਕਿਹਾ ਕਿ ਤੁਸੀਂ ਮਿਲਟਰੀ 'ਚ ਜੋਬ ਕਰਦੇ ਹੁੰਦੇ ਸੀ ਸੋ ਜਦੋਂ ਤੁਸੀਂ ਘਰ ਕੋਈ ਸੁਨੇਹਾ ਲਾਉਣਾ ਹੁੰਦਾ ਸੀ ਚਿੱਠੀਆਂ ਦੇ ਥਰੂ ਉਹਨਾਂ ਨੂੰ ਦੱਸਦੇ ਹੁੰਦੇ ਸੀ ਘਰਦਿਆਂ ਨੂੰ ਚਿੱਠੀ 'ਚ ਮਿਲਿਆ ਚਿੱਠੀਆਂ ਪਾਉਣੀਆਂ ਕਈ ਵਾਰੀ ਤਾਂ ਉਹ ਤੀਜੇ ਦਿਨ ਮਿਲ ਜਾਂਦੀ ਕਈ ਵਾਰੀ ਮਹੀਨਾ ਮਹੀਨਾ ਨਹੀਂ ਸੀ ਆਉਂਦੀ ਹਾਂਜੀ ਤੇ ਇੱਧਰੋਂ ਚਿੱਠੀਆਂ ਘਰ ਦੀਆਂ ਡੀਕੀ ਜਾਣੀਆਂ ਵੀ ਅਜੇ ਤੱਕ ਬਾਹਲੇ ਦਿਨ ਹੋ ਗਏ ਚਿੱਠੀ ਆਈ ਨਹੀਂ ਹਾਂਜੀ ਤੇ ਚਿੱਠੀ ਸੁਨੇਹਾ ਸੀਗਾ ਹਾਂਜੀ ਤੇ ਵੱਡੀ ਗੱਲ ਇਹ ਹੁੰਦੀ ਵੀ ਅੱਗੇ ਅਨਪੜ੍ਹਤਾ ਤਾਂ ਸੀ ਗਈ ਹਾਂਜੀ ਤੇ ਕਈ ਵਾਰੀ ਰਾਹ 'ਚ ਆਉਂਦੀ ਕੋਈ ਚਿੱਠੀ ਕਿਤੇ ਕਾਸੇ 'ਚ ਅੜ ਉੜ ਕੇ ਪਾਟ ਗਈ ਤੇ ਜੇ ਡਾਕੀਆ ਘਰੇ ਚਿੱਠੀ ਫੜਾਉਂਦਾ ਤਾਂ ਚਿੱਠੀ ਫੜਨ ਸਾਰ ਪੜ੍ਹਦਾ ਪੜ੍ਹਦਾ ਕੋਈ ਨਹੀਂ ਸੀ ਰੋਣ ਪਿੱਟਣ ਪੈ ਜਾਂਦੇ ਵੀ ਅਜੇ ਪਾਰਟੀ ਵੀ ਚਿੱਠੀ ਆਈ ਹੈ ਸੁੱਕਦੀ ਨਹੀਂ ਹੈ ਪਹਿਲਾਂ ਵਹਿਮ ਜ਼ਿਆਦਾ ਸੀ ਵਹਿਮ ਜ਼ਿਆਦਾ ਸੀ ਬਸ ਉਹ ਪਾਰਟੀ ਚਿੱਠੀ ਦੇਖ ਕੇ ਤਾਂ ਸਮਝ ਲੈ ਸਾਰਾ ਟੱਬਰ ਰੋਣ ਬਹਿ ਜਾਂਦਾ ਜਦੋਂ ਉਹਨੂੰ ਪੜ੍ਹਦੇ ਪੁੜ੍ਹਦੇ ਚਿੱਠੀ ਸੁੱਕ ਜਾਂਦੀ ਹੁੰਦੀ ਸੀ ਠੀਕ ਹੈ ਜੀ ਅਤੇ ਉਦੋਂ ਜਿਵੇਂ ਹੁਣ ਆਪਾਂ ਵਿਆਹ ਸ਼ਾਦੀਆਂ 'ਤੇ ਕੋਈ ਨਾਨਕੇ ਨੂਨਕੇ ਬਣਾ ਬੁਲਾਉਣੇ ਹੁੰਦੇ ਸੀ ਫਿਰ ਉਹਨਾਂ ਨੂੰ ਵੀ ਚਿੱਠੀਆਂ ਹੀ ਭੇਜਦੇ ਸੀ ਚਿੱਠੀਆਂ ਨਹੀਂ ਅੱਗੇ ਬੇਟੇ ਕੀ ਹੁੰਦਾ ਸੀ ਨਾ ਆਪਣੇ ਲਾਗੀ ਹੁੰਦੇ ਸੀ ਹਾਂਜੀ ਲਾਗੀ ਜਿਹੜਾ ਹੁੰਦਾ ਉਹਨੂੰ ਕਿਰਾਇਆ ਦੇਣਾ ਹਾਂਜੀ ਪੈਦਲ ਜਾਂਦੇ ਉਹਦਾ ਖਰਚਾ ਪਾਣੀ ਜਿਵੇਂ ਅੱਗੇ ਟਾਈਮ ਸੀਗੇ ਜਿਹੇ ਜੇ ਉਹਨੇ ਲਾਗੀ ਨੇ ਗੰਢ ਕਹਿੰਦੇ ਗੰਢ ਦੇਣ ਜਾਂਦਾ ਉਹਨੂੰ ਸਾਰੇ ਜਿੱਥੇ ਵੀ ਰਿਸ਼ਤੇਦਾਰੀਆਂ ਸਾਰੀਆਂ ਰਿਸ਼ਤੇਦਾਰੀਆਂ 'ਚ ਉਹ ਲਾਗੀ ਜਾ ਕੇ ਆਉਂਦਾ ਤਾਂ ਉਹਨੂੰ ਫਿਰ ਜਿੱਥੇ ਉਹ ਜਾਂਦਾ ਉਹਨੂੰ ਉਹ ਖੇਸ ਦਿੰਦੇ ਪੈਸੇ ਦਿੰਦੇ ਜਾਣੇ ਉਹਦੀ ਵੀ ਮਾਨਦਾਨ ਕਰਦੇ ਅਤੇ ਉਹ ਸਾਰੇ ਚਿੱਠੀਆਂ ਉਹ ਲਾਗੀ ਦੇ ਕੇ ਆਉਂਦਾ ਸੀ ਤੇ ਬਾਪੂ ਇਹ ਵੀ ਦੱਸੋ ਉਦੋਂ ਕਹਿੰਦੇ ਕਿ ਜਿਹੜੀਆਂ ਸਰਕਾਰੀ ਨੌਕਰੀਆਂ ਹੁੰਦੀਆਂ ਸੀਗੀਆਂ ਉੱਥੇ ਉਹ ਸਗੋਂ ਆਪ ਕਹਿੰਦੇ ਹੁੰਦੇ ਸੀ ਵੀ ਤੁਸੀਂ ਨੌਕਰੀ ਕਰੋ ਪਰ ਆਪਣੇ ਲੋਕਾਂ ਨੂੰ ਉਦੋਂ ਇੰਨਾ ਪਤਾ ਨਹੀਂ ਸੀ ਹੁੰਦਾ ਨਹੀਂ ਸੀ ਜਾਂਦੇ ਹੁੰਦੇ ਤੁਸੀਂ ਉਸ ਟਾਈਮ ਮਿਲਟਰੀ 'ਚ ਸੀਗੇ ਅਤੇ ਕਿਵੇਂ ਤੁਸੀਂ ਉਦੋਂ ਭਰਤੀ ਹੋਏ ਕਿਵੇਂ ਉਹਦੇ ਬਾਰੇ ਵੀ ਸਾਨੂੰ ਦੱਸੋ ਉਦੋਂ ਜਦੋਂ ਭਰਤੀ ਹੋਏ ਪੁੱਤਰ ਉਹਨਾਂ ਦਿਨਾਂ 'ਚ ਮਤਲਬ ਪਿੰਡਾਂ 'ਚ ਭਰਤੀ ਖੁੱਲਦੀ ਸੀ ਆ ਕੇ ਹਾਂਜੀ ਮਿਲਟਰੀ ਪਿੰਡ 'ਚ ਅੱਜ ਉਸ ਜ਼ਿਲ੍ਹੇ 'ਚ ਅੱਜ ਐਸ ਐਚ ਐ ਤਹਿਸੀਲ ਵਾਈ ਜੋ ਭਰਤੀ ਖੋਲ੍ਹਦੇ ਫਿਰ ਉੱਥੇ ਅਸੀਂ ਲਾਈਨਾਂ ਲੂਨਾਂ 'ਚ ਜਾ ਲੱਗਦੇ ਲੋਕ ਕੁਛ ਤਾਂ ਡਰਦੇ ਹੀ ਹੁੰਦੇ ਨਹੀਂ ਜਾਂਦੇ ਸੀ ਅਤੇ ਚਲੋ ਕੁਛ ਸ਼ੌਂਕ ਸੀਗੇ ਵੀ ਜਾਈਏ ਕੋਈ ਸੇਵਾ ਕਰੀਏ ਦੇਸ਼ ਦੀ ਤਾਂ ਬਸ ਜਾ ਕੇ ਉੱਥੇ ਲਾਈਨ 'ਚ ਲੱਗ ਗਏ ਜਿਵੇਂ ਮੇਰਾ ਪਿੰਡ ਪਿਛਲਾ ਸੇਲਵਰਾ ਹੈ ਅਤੇ ਪੂਲੇ ਕੋਠੀ 'ਚ ਭਰਤੀ ਖੁੱਲ੍ਹੀ ਸੀ ਤਾਂ ਉੱਥੇ ਆ ਕੇ ਅਸੀਂ ਬਸ ਭਰਤੀ ਹੋ ਗਏ ਉਹਨਾਂ ਨੇ ਦੂਜੇ ਦਿਨ ਰੇਲ ਚੜਾਤੇ ਉਦੋਂ ਇੰਨੀ ਸਖਤੀ ਨਹੀਂ ਸੀ ਹੁੰਦੀ ਨਾ ਇੰਨੀ ਸਖਤੀ ਨਹੀਂ ਸੀ ਨਹੀਂ ਨਹੀਂ ਹੈ ਨਹੀਂ ਸੀ ਬਿੱਲਿਆ ਕੋਈ ਪੇਪਰ ਨਹੀਂ ਕੁਛ ਨਹੀਂ ਸੀ ਇਹੋ ਜਿਹਾ ਕੁਛ ਹੁੰਦਾ ਹੀ ਨਹੀਂ ਸੀ ਜੋ ਅੱਜ ਚੱਲਦਾ ਹਾਂਜੀ ਜੋ ਜਿਵੇਂ ਅੱਜ ਤਾਂ ਰਿਸ਼ਵਤ ਚੱਲਦੀ ਹੈ ਬਹੁਤ ਕੁਛ ਚੱਲਦਾ ਵਾ ਹਾਂਜੀ ਹਾਂਜੀ ਮੇਰੀ ਤਨਖਾਹ ਬੇਟੇ ਜਦੋਂ ਮੈਂ 76 'ਚ ਭਰਤੀ ਹੋਇਆ ਪੌਣੇ 300 ਰੁਪਈਆ ਪਰ ਮੰਥ ਸੀ ਪਰ ਉਦੋਂ ਪੌਣੇ 300 ਵੀ ਬਹੁਤ ਹੁੰਦਾ ਸੀ ਬਹੁਤ ਸੀ ਬਿਲਕੁਲ ਘਰਦਿਆਂ ਨੇ ਇਹੀ ਕਿਹਾ ਬਾਪੂ ਜੀ ਕਹਿਣ ਲੱਗੇ ਵੀ ਜਿੱਥੇ ਦੂਜੇ ਤੁਰੇ ਫਿਰਦੇ ਆ ਤੂੰ ਤੁਰਿਆ ਫਿਰੇਗਾ ਵਿੱਚ ਹੀ ਹਾਂਜੀ ਤੇ ਜੇ ਤਾਂ ਪਹਿਲੀ ਗੱਲ ਤਾਂ ਭਰਤੀ ਹੋ ਨਾ ਜਾ ਨਾ ਮੈਂ ਮੈਨੂੰ ਸ਼ੌਂਕ ਸੀ ਮੈਂ ਤਾਂ ਜਾਊਂਗਾ ਹਾਂਜੀ ਤੇ ਫਿਰ ਕਹਿੰਦਾ ਜੇ ਜਾਣਾ ਹੈ ਤਾਂ ਪੁਰਾਣੇ ਬਜ਼ੁਰਗ ਵੀ ਹੁਣ ਤਾਂ ਆਪਾਂ ਡਿਸਚਾਰਜ ਕਹਿ ਦਿੰਦੇ ਹਾਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ 12 ਪੱਥਰ ਠੀਕ ਕਹਿੰਦਾ ਜੇ ਭਰਤੀ ਹੋਣਾ ਵੀ ਹੈ ਤਾਂ 12 ਪੱਥਰ ਨਹੀਂ ਆਉਣਾ ਫਿਰ ਪੈਨਸ਼ਨ ਲੈ ਕੇ ਆਉਣਾ ਤੇ ਨਹੀਂ ਅੱਜ ਨਾ ਜਾ ਮੈਂ ਕਿਹਾ ਪੈਨਸ਼ਨ ਲੈ ਕੇ ਆਉਂ ਤੇ ਐ ਨਹੀਂ ਆਉਂਦਾ ਮੈਂ ਫਿਰ ਮੈਂ ਹੌਲਦਾਰੀ ਪੈਨਸ਼ਨ ਆਇਆ ਸਰਵਿਸ ਤਾਂ ਤਕਰੀਬਨ ਪੁੱਤਰ ਸਾਰੀ ਇੰਡੀਆ 'ਚ ਹੀ ਕਰ ਲੈਂਦੇ ਹਾਂ ਅਸੀਂ ਜ਼ਿਆਦਾ ਤਾਂ ਹਾਂ ਕਸ਼ਮੀਰ 'ਚ ਸ਼੍ਰੀਨਗਰ ਰਹੇ ਸ਼੍ਰੀਨਗਰ ਤੋਂ ਅੱਗੇ ਤੰਗ ਧਾਰ ਵਗੈਰਾ ਉਦੋਂ ਜ਼ਿਆਦਾ ਅਸੀਂ ਫਿਰ ਇੱਧਰ ਮੱਧ ਪ੍ਰਦੇਸ਼ 'ਚ ਭੀਂਸ ਏਰੀਆ ਕਿਉਂਕਿ ਸਾਡਾ ਹੈਵੀ ਤੋਪਖਾਨਾ ਸੀ ਮੈਂ ਤੋਪਖਾਨੇ 'ਚ ਸੀ
ਜਿਵੇਂ ਫੌਜ ਦੀ ਨੌਕਰੀ ਤਾਂ ਬਹੁਤ ਔਖੀ ਹੁੰਦੀ ਹੈ ਬਾਪੂ, ਤੁਸੀਂ ਜਿਵੇਂ ਜੰਗਾਂ ਵਗੈਰਾ ਲੱਗਦੀਆਂ ਰਹਿੰਦੀਆਂ ਵਾ, ਤੁਹਾਡੇ ਜਦੋਂ ਤੁਸੀਂ ਨੌਕਰੀ ਕਰਦੇ ਸੀ ਉਦੋਂ ਤੁਸੀਂ ਵੀ ਕੋਈ ਜੰਗ ਦੇਖੀ ਆ ਤੁਹਾਨੂੰ? ਨਹੀਂ ਬੇਟੇ, ਅਸੀਂ ਨਾ ਆਪਣੇ 65 ਤੇ 71 ਦੀ ਜੰਗ ਲੱਗੀ ਆ। ਠੀਕ ਆ। ਅਸੀਂ 71 ਦੀ ਜੰਗ ਤੋਂ ਬਾਅਦ ਚ ਭਰਤੀ ਹੋਏ ਆ। ਬਾਅਦ ਚ ਭਰਤੀ ਹੋ ਕੇ ਅਸੀਂ ਤਾਂ ਬੱਕਰੇ ਬੁਕਰੇ ਖਾ ਕੇ ਮੁੜੇ, ਸਾਨੂੰ ਤਾਂ ਲੜਨ ਦਾ ਮੌਕਾ ਹੀ ਨਹੀਂ ਮਿਲਿਆ। ਪਰ ਇਹ ਕਹਿ ਦਿੰਦੀ ਆ ਨਾ ਵੀ ਫੌਜ ਦੀ ਨੌਕਰੀ ਔਖੀ ਬਹੁਤ ਹੁੰਦੀ ਆ, ਵੀ ਕੋਈ ਕੋਈ ਕਹਿੰਦੇ ਕਰ ਉਹਨਾਂ ਟਾਈਮਾਂ 'ਚ ਕਰਦਾ ਹੁੰਦਾ ਸੀ, ਹੈ ਨਾ? ਨੌਕਰੀ ਔਖੀ ਦਾ ਕਾਰਨ ਇਹ ਆ ਬੇਟੇ ਵੀ ਉੱਥੇ ਨੌਕਰੀ ਹੁਕਮ ਦੀ ਹੈ। ਹਾਂਜੀ। ਜਿਹੜਾ ਬੰਦਾ ਤਾਂ ਹੁਕਮ ਮੰਨਣ ਸਿੱਖ ਗਿਆ, ਹਾਂਜੀ, ਉਹਦੇ ਵਾਸਤੇ ਕੋਈ ਔਖੀ ਨਹੀਂ। ਜਿਹੜਾ ਹੁਕਮ ਅਦੂਲੀ ਹੁਕਮ ਦਾ ਮਤਲਬ ਲੋੜ ਜਾਂ ਮੰਨਦਾ ਹੈ ਵੀ ਮੈਨੂੰ ਐਂ ਕਿਉਂ ਕਹਿਤਾ, ਉਹਦੇ ਵਾਸਤੇ ਔਖੀ ਔਖੀ। ਤੇ ਹੁਣ ਜਿਵੇਂ ਲੋਕੀ ਇੰਡੀਆ ਦੇ ਵਿੱਚ ਵੀ ਆਪਾਂ ਦੇਖਿਆ ਨਾ ਵੀ ਖੇਤੀ ਛੱਡੀ ਜਾਂਦੀ ਆ, ਸ਼ਹਿਰਾਂ 'ਚ ਜਾਈ ਜਾਂਦੇ ਆ, ਹੈ ਨਾ? ਆਪਣੇ ਹੁਣ ਇਹੀ ਰਿਵਾਜ ਹੋ ਗਿਆ ਵੀ ਪਿੰਡ ਤਾਂ ਤੁਸੀਂ ਲਾ ਲਓ ਕਿ ਖਾਲੀ ਹੋ ਗਏ, ਕੁਛ ਬਾਹਰ ਆ ਗਏ ਜਾਂ ਕੁਛ ਖੇਤੀ ਕਰਨਾ ਨਹੀਂ ਚਾਹੁੰਦੇ, ਤੇ ਤੁਸੀਂ ਇਹ ਗੱਲ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹਦੇ ਬਾਰੇ ਪੁੱਤਰ ਇਹ ਆ ਵੀ ਖੇਤੀ ਇੱਕ ਤਾਂ ਹੈ ਤਾਂ ਬਹੁਤ ਲਾਹੇਵੰਦ ਧੰਦਾ ਸੀਗਾ। ਹਾਂਜੀ। ਪਰ ਅੱਜ ਦਾ ਯੁੱਗ ਕੀ ਹੈ ਵੀ ਖੇਤੀ ਜਿਹੜੀ ਕਿਸਾਨ ਕਮਾ ਰਿਹਾ ਉਹਦੇ ਰੇਟ ਬੜੇ ਘੱਟ ਮਿਲ ਰਹੇ ਆ। ਹਾਂਜੀ। ਜਿਹੜੀ ਚੀਜ਼ ਕਿਸਾਨ ਖਰੀਦ ਰਿਹਾ, ਹਾਂਜੀ, ਰੇਹ ਸਪਰੇ ਕੋਈ ਦਵਾਈਆਂ ਕੁਛ ਵੀ ਕਰ ਰਿਹਾ, ਉਹਨਾਂ ਦੇ ਰੇਟ ਬੜੇ ਹਾਈ ਹੈ। ਉਹ ਰੇਟ ਹਾਈ ਹੋ ਕੇ ਤਾਂ ਇੱਕ ਖੇਤੀ ਕਰਨ ਵਾਲੇ ਦੇ ਪੱਲੇ ਕੁਛ ਵੀ ਨਹੀਂ ਪੈਂਦਾ, ਜਦੋਂ ਫਸਲ ਵੇਚਦਾ ਤਾਂ ਉਹ ਤੂੜੀ ਵੀ ਨਹੀਂ ਬਚਦੀ ਉਹਨੂੰ, ਦਾਣੇ ਤਾਂ ਵੱਖ ਗੱਲ ਹੈ। ਅੱਛਾ, ਜੇ ਉਹ ਪਸ਼ੂ ਰੱਖਦਾ ਹੈ ਤਾਂ ਅੱਗੇ ਤਾਂ ਪਸ਼ੂ ਬਾਹਰ ਚਾਰਦੇ ਫਿਰਦੇ ਲੋਕ, ਅਤੇ ਦੁੱਧ ਦੇ ਰੇਟ ਵੀ ਚੰਗੇ ਮਿਲਦੇ ਸੀ, ਤਾਂ ਅੱਜ ਦੁੱਧ ਦਾ ਰੇਟ ਉਹੀ ਹੈ, ਕਿਤੇ ਚਾਰਨ ਨੂੰ ਬਾਹਰ ਪਸ਼ੂ ਥਾਂ ਨਹੀਂ, ਘਰ ਦਾਣਿਆਂ ਖਾਲ ਬੜੇਵੇਂ ਦਾ ਇੰਨਾ ਰੇਟ ਉੱਚਾ ਹੈ ਵੀ ਉਹ ਪਾ ਕੇ ਅਤੇ ਪਸ਼ੂ ਦੁੱਧ ਘੱਟ ਦਿੰਦਾ ਅਤੇ ਉਹਦਾ ਖਰਚਾ ਜ਼ਿਆਦਾ। ਵੀ ਹੁਣ ਪੰਜਾਬ ਦੇ ਵਿੱਚ ਕਹਿ ਦਿੰਦੇ ਆ ਵੀ ਘਰ ਘਰ ਨਸ਼ਾ ਹੋਇਆ ਪਿਆ ਵਾ, ਅਤੇ ਆਪਣੀ ਨੌਜਵਾਨੀ ਜਿਹੜੀ ਆ ਉਹ ਨਸ਼ੇ 'ਚ ਹੀ ਮਤਲਬ ਆਪਣਾ ਪੰਜਾਬ ਜਿਹੜਾ ਉੱਜੜ ਰਿਹਾ ਵਾ, ਉਹ ਟਾਈਮ 'ਤੇ ਵੀ ਐਵੇਂ ਹੁੰਦਾ ਸੀਗਾ? ਉਸ ਟਾਈਮ 'ਤੇ ਤਾਂ ਪੁੱਤਰ ਘਰਾਂ 'ਚ ਚਾਹ ਵੀ ਨਹੀਂ ਸੀ ਬਣਦੇ, ਨਸ਼ੇ ਤਾਂ ਦੂਰ ਹੈ। ਹਾਂਜੀ। ਤਾਂ ਉਦੋਂ ਜਦੋਂ ਕਿਤੇ ਕੋਈ ਆਇਆ ਗਿਆ ਹੋਣਾ, ਹਾਂਜੀ, ਤਾਂ ਅਸੀਂ ਉਹ ਮਾਤਾ ਹੋਰਾਂ ਨੇ ਤਾਂ ਕਹਿਣਾ ਵੀ ਤੁਸੀਂ ਖੇਡਣ ਜਾਓ, ਹਾਂਜੀ, ਅਸੀਂ ਜਾਣਾ ਨਾ ਵੀ ਇਹ ਚਾਹ ਬਣਾਉਣਗੇ ਹੁਣ ਜਿਹੜੀ ਬਚੂਗੀ ਪੀਵਾਂਗੇ, ਅਤੇ ਉਹ ਚਾਹਾਂ ਵੀ ਹੈ ਨਹੀਂ ਸੀ। ਹੋਰ ਨਸ਼ੇ ਤਾਂ ਵੱਖ ਗੱਲ ਹੈ, ਦਾਰੂ ਪਿਆਲਾ ਜਿਹੜੇ ਘਰ ਪੀਂਦੇ ਸੀ, ਜੇ ਕਿਸੇ ਇੱਕ ਅੱਧੇ ਘਰੇ ਪੀਂਦੇ ਹੁੰਦੇ ਤਾਂ ਉਹ ਤੋਂ ਲੋਕ ਐਂ ਜੇ ਪਰਹੇਜ਼ ਕਰਦੇ ਸੀ ਵੀ ਇਹ ਸ਼ਰਾਬ ਪੀਂਦੇ ਆ, ਤਾਂ ਅੱਜ ਕੱਲ੍ਹ ਤਾਂ ਹੁਣ ਸੱਥਾਂ 'ਚ ਹੀ ਪਈਆਂ, ਅਤੇ ਹੁਣ ਤਾਂ ਆਉਣ ਵਾਲਾ ਟਾਈਮ ਤਾਂ ਦਿਨੋ ਦਿਨ ਤੰਗੀ ਦਾ ਹੀ ਆ ਰਿਹਾ, ਆਉਣ ਵਾਲਾ ਜਿਹੜਾ ਟਾਈਮ ਹੈ ਉਹ ਬਹੁਤਾ ਚੰਗਾ ਨਹੀਂ ਆ ਰਿਹਾ। ਹਾਂਜੀ। ਮੋਹ ਪਿਆਰ ਘਟੀ ਜਾਂਦੇ ਆ, ਉਦੋਂ ਮੋਹ ਪਿਆਰ ਹੁੰਦੇ ਸੀ। ਹੁਣ ਤਾਂ ਮੈਂ ਵੀ ਦੇਖਿਆ ਨਾ ਕਿ ਅੱਗੇ ਜਿੱਦਾਂ ਸਾਨੂੰ ਛੁੱਟੀਆਂ ਹੁੰਦੀਆਂ ਸੀਗੀਆਂ, ਤੇ ਛੁੱਟੀਆਂ ਹੋਣੀਆਂ ਜਦੋਂ ਗਰਮੀਆਂ ਦੀਆਂ ਹੁੰਦੀਆਂ ਨਾ, ਫਟਾਫਟ ਸਕੂਲ ਦਾ ਕੰਮ ਖਤਮ ਕਰਨਾ, ਵੀ ਮਾਸੀ ਕੋਲੇ ਨਾਨਕੇ ਜਾ ਕੇ ਰਹਿਣਾ ਵਾ, ਪਰ ਹੁਣ ਤਾਂ ਕੋਈ 2 ਦਿਨ ਵੀ ਨਹੀਂ ਰੱਖਦਾ ਨਾ। ਉਦੋਂ ਫਿਰ ਖੁੱਲਾ ਟਾਈਮ ਹੁੰਦਾ ਪੁੱਤਰ, ਉਦੋਂ ਇਹ ਵੀ ਹੈ ਨਹੀਂ ਸੀ ਵੀ ਮਾਸੀ ਕੋਲੇ ਜਾਣਾ ਤਾਂ ਘੱਟੋ ਘੱਟ 50,000 ਵਾਲਾ ਸ਼ੂਟ ਹੋਵੇ ਫਿਰ ਜਾਵਾਂਗੇ, ਉਹ ਤਾਂ ਜਿਹੋ ਜਿਹਾ ਝੱਗਾ ਪਾਇਆ ਹੋਣਾ ਉਸੇ ਨੇ ਕੁੜਤੇ ਨਿਕਲਣਾ ਹੀ ਉੱਠ ਜਾਣਾ, ਉੱਥੇ ਜਾ ਕੇ ਫਿਰ ਉਹਨਾਂ ਨਾਲ ਕੰਮ ਹੀ ਕਰਨ ਲੱਗ ਜਾਣਾ, ਜਿਹੜਾ ਉਹ ਕੰਮ ਕਰੀ ਜਾਂਦੇ ਨਾਲ ਹੀ ਕਰੀ ਜਾਣਾ। ਹੁਣ ਜਾ ਕੇ ਅਸੀਂ ਕਹਿੰਦੇ ਵੀ ਸਾਡਾ ਹੱਥ ਮੈਲਾ ਹੋ ਜਾਊਗਾ, ਹੁਣ ਜਵਾਕ ਡੱਕਾ ਨਹੀਂ, ਉਹਨਾਂ ਦਾ ਵੀ ਕੰਮ ਛਡਾਉਂਦੇ ਆ, ਤਾਂ ਫਿਰ ਅਗਲੇ ਨੂੰ ਬੋਝ ਲੱਗਦਾ ਨਾ। ਜਦੋਂ ਉਹਨਾਂ ਦਾ ਵੀ ਕੰਮ ਛੁੱਟ ਗਿਆ ਫਿਰ ਅਗਲਾ ਕਹਿੰਦਾ ਵੀ ਅਸੀਂ ਵੀ ਤਾਂ ਰੋਟੀ ਖਾਣੀ ਆ, ਤੁਸੀਂ ਜਾਓ। ਹਾਂਜੀ ਹਾਂਜੀ, ਇਹ ਫਿਰ ਅਗਲਾ ਆ ਕੇ ਆਉਂਦਾ ਵਾ। ਬਿਲਕੁਲ। ਹਾਂਜੀ, ਹੁਣ ਤੁਸੀਂ ਕੈਨੇਡਾ ਆਏ ਹੋਏ ਹੋ, ਤੇ ਤੁਹਾਨੂੰ ਇੱਥੋਂ ਦਾ ਕਿਵੇਂ ਲੱਗ ਰਿਹਾ? ਕਿਉਂਕਿ ਮੈਂ ਇਹ ਚੀਜ਼ ਦੇਖੀ ਕਿ ਸ਼ਾਇਦ ਜਿਹੜੀਆਂ ਚੀਜ਼ਾਂ ਆਪਾਂ ਪੰਜਾਬ 'ਚ ਆਪਾਂ ਨੂੰ ਆਮ ਲੱਗਦੀਆਂ ਉਹ ਕਿਤੇ ਨਾ ਕਿਤੇ ਹਜੇ ਵੀ ਇੱਥੇ ਖਾਸ ਆ, ਕਿਉਂਕਿ ਅਸੀਂ ਵੀ ਨਾ ਕਈ ਵਾਰ ਖੇਤਾਂ 'ਚ ਜਾਂਦੇ ਹੁੰਦੇ ਹਾਂ, ਅਤੇ ਅਸੀਂ ਦੇਖਦੇ ਹਾਂ ਵੀ ਆਹ ਸਰੋਂ ਦੇ ਫੁੱਲ, ਇਹਨਾਂ ਦਾ ਵੀ ਲੋਕ ਫੋਟੋ ਕਰਾਉਣ ਨੂੰ ਤਰਸਦੇ ਆ, ਇੱਥੇ ਵੀ ਪੁਰਾਣੀਆਂ ਚੀਜ਼ਾਂ ਲੱਭਦੇ ਹਾਂ ਅਸੀਂ ਵੀ ਸਾਨੂੰ ਦੇਖਣ ਨੂੰ ਮਿਲਣ, ਪਰ ਆਪਾਂ ਪੰਜਾਬ ਦੇ ਵਿੱਚ ਸ਼ਾਇਦ ਉਹ ਚੀਜ਼ਾਂ ਸਾਂਭਦੇ ਨਹੀਂ ਹੈਗੇ। ਅਤੇ ਬੇਟੇ ਕੀ ਹੈ ਨਾ, ਅਜੇ ਇੱਥੇ ਨਵਾਂ ਵਾਤਾਵਰਨ, ਹਾਂਜੀ, ਨਵੀਆਂ ਖੇਤੀਆਂ, ਹਾਂਜੀ, ਜ਼ਮੀਨਾਂ ਬੜੀਆਂ ਤਾਕਤ ਵਾਲੀਆਂ, ਹਾਂਜੀ, ਇੱਥੇ ਜਿਵੇਂ ਇਦੋਂ 50 ਸਾਲ ਪਹਿਲਾਂ ਆਪਣੇ ਖੇਤਾਂ 'ਚ ਰੇਹ ਸਪਰੇਅ ਨਹੀਂ ਹੁੰਦੀ ਸੀ, ਹਾਂਜੀ, ਉਹ ਚੀਜ਼ ਅੱਜ ਇੱਥੇ ਹੈਗੀ, ਅੱਜ ਇੱਥੇ ਨਾ ਰੇਹ ਹੈ ਨਾ ਸਪਰੇਅ ਹੈ ਨਾ ਹੋਰ ਹੈ, ਵਾਤਾਵਰਨ ਇੰਨਾ ਸਾਫ਼ ਹੈ ਵਧੀਆ, ਜਿਹੜੀ ਵੀ ਇੱਥੇ ਚੀਜ਼ ਪੈਦਾ ਹੋ ਰਹੀ ਹੈ ਉਹ ਇੰਨੀ ਟੈਸਟ ਹੋ ਰਹੀ ਹੈ, ਇੰਨਾ ਵਧੀਆ ਉਹਦਾ ਟੈਸਟ ਹੈ, ਕਿਉਂਕਿ ਉਹ ਬਿਨਾਂ ਰੇਹ ਸਪਰੇਅ ਤੋਂ ਹੈ। ਅੱਜ ਜੇ ਆਪਾਂ ਹੁਣ ਉੱਧਰ ਇੰਡੀਆ ਦੇਖੀਏ, ਖਾਸ ਕਰਕੇ ਪੰਜਾਬ ਦੀ ਧਰਤੀ, ਜਿੱਥੇ ਉਹਨੂੰ ਨਿਰਾ ਰੇਹ ਸਪਰੇਅ ਹੀ ਪਿਆ ਅਤੇ ਉਹਨਾਂ 'ਚ ਟੈਸਟ ਕੀ ਰਹੂਗਾ, ਤਾਂ ਇਸੇ ਕਰਕੇ ਲੋਕ ਇੱਕ ਚੰਗੇ ਵਾਤਾਵਰਨ ਕੰਨੀ ਹੋਈ ਆ ਰਹੇ ਆ। ਉਹ ਕਹਿੰਦੇ ਕੀੜਾ ਅਤੇ ਆਦਮੀ ਇਹ ਚੰਗੇ ਥਾਂ ਰਹਿ ਕੇ ਹੀ ਖੁਸ਼ ਹੈ। ਹਾਂਜੀ, ਇਹ ਤਾਂ ਹੈ। ਤੇ ਤੁਹਾਨੂੰ ਇੱਥੋਂ ਦੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਵਧੀਆ ਲੱਗਿਆ ਵੀ ਕੈਨੇਡਾ ਦੀਆਂ, ਜਿਹੜੀਆਂ ਤੁਹਾਨੂੰ ਵੀ ਲੱਗਦੀਆਂ ਵੀ ਕਾਸ਼ ਪੰਜਾਬ ਵੀ ਇੱਦਾਂ ਦਾ ਹੁੰਦਾ?
ਦੇਖੋ ਇੱਥੇ ਹਰ ਚੀਜ਼ ਸਭ ਤੋਂ ਵੱਡਾ ਤਾਂ ਕਾਨੂੰਨ ਵੇਲੇ ਵੱਡੇ ਬਹੁਤ ਸਖ਼ਤ ਹੈ। ਅੱਛਾ, ਕਾਨੂੰਨ ਦੇ ਅੰਦਰ ਸਾਰੀ ਪਬਲਿਕ ਉਹਦੀ ਪਾਲਣਾ ਕਰ ਰਹੀ ਹੈ। ਜਿਹੜਾ ਹੁਣ ਕਾਨੂੰਨ ਦੇ ਅੰਦਰ ਰਹਿ ਕੇ ਚੱਲ ਰਿਹਾ ਤਾਂ ਉਹ ਬੜਾ ਵਧੀਆ। ਆਪਣੇ ਉੱਥੇ ਇੰਡੀਆ 'ਚ ਕੋਈ ਕਾਨੂੰਨ ਨਹੀਂ, ਸਾਹਮਣੇ ਕੋਈ ਲੁੱਟੀ ਜਾਂਦਾ ਕੋਈ ਰੋਕਣਾ ਨਹੀਂ, ਕੋਈ ਆਪਣੇ ਉਹ ਨਹੀਂ। ਇਹ ਚੀਜ਼ਾਂ ਆਪਾਂ ਨੂੰ ਪਿੱਛੇ ਕਰ ਰਹੀਆਂ ਉੱਥੇ, ਤੇ ਕੈਨੇਡਾ 'ਚ ਇਹ ਚੀਜ਼ ਅੱਗੇ ਆ। ਉੱਥੇ ਇਹ ਆ ਕਿ ਜੇ ਆਪਾਂ ਕਿਤੇ ਨੌਕਰੀ ਵੀ ਲੈਣੀ ਆ, ਪੈਸਾ ਚੱਲ ਜਾਂਦਾ ਵਾ, ਧੰਨਵਾਦ ਕੀਤੀ ਹੈ। ਪਹਿਲਾਂ ਤੋਂ ਹੀ ਚਲੋ ਸਭ ਹੀ ਮੰਨਦੇ ਆ ਵੀ ਪਰਮਾਤਮਾ ਨਾਲ ਹਰ ਬੰਦਾ ਜੁੜਿਆ ਹੋਇਆ, ਤਾਂ ਮੇਰੇ ਪੁੱਤਰ ਕੀ ਸੀ ਨਾ, ਪੱਥਰੀ ਸੀ ਪਿੱਤੇ 'ਚ, ਮੈਂ ਇਹਦਾ ਆਪਰੇਸ਼ਨ ਕਰਾਉਣਾ ਸੀ ਤਾਂ ਮੈਂ ਬਠਿੰਡੇ ਆ ਗਿਆ। ਬਠਿੰਡੇ ਅਸੀਂ 3 ਦਿਨ ਰਹੇ, ਉਹ ਡਾਕਟਰ ਸਾਹਿਬ ਹੀ ਨਹੀਂ ਘਰੇ ਹੋਸਪਿਟਲ 'ਚ ਆਏ, ਅਤੇ 3 ਦਿਨ ਇੱਥੇ ਰਹਿ ਕੇ ਜਾਣੇ ਮੈਂ ਸਿਫਤ ਪਰਮਾਤਮਾ ਦੀ ਕਰ ਰਿਹਾ। 3 ਦਿਨ ਅਸੀਂ ਇੱਥੇ ਰਹਿ ਕੇ ਅਤੇ ਉਹ ਵਾਪਸ ਚਲੇ ਗਏ ਵੀ ਜਿੱਦੇ ਭਾਈ ਡਾਕਟਰ ਸਾਹਿਬ ਆਏ ਸਾਨੂੰ ਬੁਲਾ ਲਿਓ। ਤਾਂ ਉੱਥੋਂ ਅਸੀਂ ਜਦੋਂ ਵਾਪਸ ਘਰੇ ਗਏ ਤਾਂ ਘਰੋਂ ਬੱਚੇ ਕਹਿੰਦੇ ਵੀ ਆਪਾਂ ਕੱਲ੍ਹ ਨੂੰ ਡੈਡੀ ਇੱਥੇ ਹਨੂੰਮਾਨਗੜ੍ਹ ਚੱਲਾਂਗੇ। ਹਨੂੰਮਾਨਗੜ੍ਹ ਗਏ ਅਸੀਂ, ਡਾਕਟਰ ਸਾਹਿਬ ਨੇ ਸਾਡਾ ਸਾਰਾ ਦਿਨ ਜਾਂਦਿਆਂ ਜਾਣੇ ਫਾਈਲ ਵਗੈਰਾ ਤਿਆਰ ਕਰ ਲਈ, ਫਾਈਲ ਪੂਰੀ ਤਿਆਰ ਕਰਕੇ ਅਤੇ ਉਹ ਕਹਿੰਦੇ ਪਰਸੋਂ ਆ ਜਾਇਓ ਅਤੇ ਤੁਹਾਡਾ ਆਪਰੇਸ਼ਨ ਕਰ ਦਿਆਂਗੇ। ਅਤੇ ਮੇਰੀ ਬੱਚਿਆਂ ਨਾਲ ਜਿੱਦ ਸੀ, ਸਾਡੇ ਸੰਗਰ ਗਈ PPM ਹੋਸਪਿਟਲ ਬਣਿਆ ਬਸ, ਜਿਹਦੇ 'ਚ ਡਾਕਟਰ ਮਹੇਸ਼ ਬਰੀ ਜੀ ਬੜੇ ਹੋਣਹਾਰ ਡਾਕਟਰ ਸੀ। ਤਾਂ ਮੇਰਾ ਉਹਨਾਂ 'ਤੇ ਦਿਲ ਸੀ, ਮੇਰੀ ਸੋਚ ਸੀ ਵੀ ਮੈਂ ਆਪਰੇਸ਼ਨ ਹੱਥ ਵਾਲਾ ਕਰਾਵਾਂ ਅਤੇ ਉਹਨਾਂ ਤੋਂ ਕਰਾਵਾਂ। ਬੱਚਿਆਂ ਦੀ ਸੋਚ ਸੀ ਵੀ ਇਹਦਾ ਡੈਡੀ ਦਾ ਬਰਮੇ ਵਾਲਾ ਆਪਰੇਸ਼ਨ ਕਰਾਈਏ ਅਤੇ ਇਹਨਾਂ ਨੂੰ ਜ਼ਿਆਦਾ ਤਕਲੀਫ ਨਾ ਆਵੇ। ਤਾਂ ਅਸੀਂ 2 ਹੋਸਪਿਟਲਾਂ 'ਚ ਬਰਮੇ ਵਾਲਾ ਆਪਰੇਸ਼ਨ ਕਰਾਉਣ ਗਏ, ਉਹ ਦੋਨਾਂ ਹੋਸਪਿਟਲਾਂ 'ਚੋਂ ਵਾਪਸ ਆ ਗਏ। ਅਸੀਂ 3 ਦਿਨ ਫਿਰ ਜਦੋਂ ਜਿਵੇਂ ਹਨੂੰਮਾਨਗੜ੍ਹ ਡਾਕਟਰ ਸਾਹਿਬ ਨੇ ਸਾਨੂੰ ਟਾਈਮ ਦਿੱਤਾ, ਮੈਂ ਮੇਰਾ ਬੇਟਾ ਅਤੇ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਰਣਧੀਰ ਸਿੰਘ ਮਾਨ ਅਸੀਂ 3 ਡਾਕਟਰ ਸਾਹਿਬ ਕੋਲ ਗਏ। ਉਹ ਕਹਿੰਦੇ ਵੀ ਤੁਹਾਨੂੰ ਟਾਈਮ ਅੱਜ ਦਾ ਦਿੱਤਾ ਸੀ, ਅਸੀਂ ਕਿਹਾ ਹਾਂਜੀ। ਉਹ ਕਹਿੰਦੇ ਅੱਜ ਤਾਂ ਅਸੀਂ ਬਾਹਰ ਜਾ ਰਹੇ ਹਾਂ ਅਤੇ ਤੁਸੀਂ ਐਂ ਕਰਿਓ ਵੀ ਕੱਲ੍ਹ ਨੂੰ ਆਇਓ, ਤੜਕੇ ਆਉਂਦੇ ਹੀ ਤੁਹਾਡਾ ਆਪਰੇਸ਼ਨ ਕਰ ਦਿਆਂਗੇ। ਅਸੀਂ ਉੱਥੋਂ ਵਾਪਸ ਚੱਲੇ ਤਾਂ ਨਾਲ ਹੀ ਸੁੱਖਾ ਸਿੰਘ ਅਤੇ ਆਪਣੇ ਗੁਰਦੁਆਰਾ ਸਾਹਿਬ ਹੈ, ਤਾਂ ਅਸੀਂ ਉੱਥੇ ਗੁਰਦੁਆਰਾ ਸਾਹਿਬ ਉਹਨਾਂ ਤਾਂ ਦਰਸ਼ਨ ਕੀਤੇ, ਨਾਲੇ ਪ੍ਰਸ਼ਾਦਾ ਛਕਿਆ, ਕਿਉਂਕਿ ਮੈਂ ਘਰੋਂ ਆਪਰੇਸ਼ਨ ਦੇ ਮਾਰਿਆਂ ਭੁੱਖਾ ਹੀ ਗਿਆ ਸੀ। ਤਾਂ ਉੱਥੋਂ ਅਸੀਂ ਰੋਟੀ ਪਾਣੀ ਖਾ ਕੇ ਜਦੋਂ ਚੱਲ ਪਏ ਅਤੇ ਅਸੀਂ ਉਸ ਹੋਸਪਿਟਲ ਦੇ ਮੂਹਰ 'ਤੇ ਲੰਘਣਾ ਸੀ PPM ਨੇ। ਜਦੋਂ ਅਸੀਂ ਉਹਦੇ ਬਾਹਰ 'ਚ ਆ ਗਏ ਤਾਂ ਮੈਂ ਆਪਦੇ ਬੇਟੇ ਨੂੰ ਕਿਹਾ ਵੀ ਗੱਡੀ ਅੰਦਰ ਵਾੜ ਲਾ ਯਾਰ, ਕਿਤੇ ਲਈ ਫਿਰ ਉਹ ਮੇਰਾ ਆਪਰੇਸ਼ਨ ਇੱਥੇ ਹੀ ਹੋਣਾ। ਠੀਕ ਹੈ, ਅਤੇ ਚਲੋ ਸਾਡੇ ਪ੍ਰਧਾਨ ਜੀ ਵੀ ਕਹਿੰਦੇ ਵੀ ਤੇਰੇ ਡੈਡੀ ਦਾ ਇਹ ਵੀ ਵਹਿਮ ਕੱਢ ਲਾ ਅਤੇ ਅੰਦਰ ਵਾੜ ਗੱਡੀ। ਅਸੀਂ ਅੰਦਰ ਗਏ ਤਾਂ ਡਾਕਟਰ ਸਾਹਿਬ ਬੈਠੇ, ਡਾਕਟਰ ਸਾਹਿਬ ਜਦੋਂ ਬੈਠੇ ਤਾਂ ਅਸੀਂ ਉਹ ਫਾਈਲ ਅੱਗੇ ਰੱਖੀ, ਡਾਕਟਰ ਸਾਹਿਬ ਫਾਈਲ ਦੇਖ ਕੇ ਕਹਿੰਦੇ ਵੀ ਤੁਹਾਡਾ ਪੱਥਰੀ ਪਿੱਤੇ 'ਚ ਪੱਥਰੀ ਹੈ, ਇਹਦਾ ਇਲਾਜ ਆਪਰੇਸ਼ਨ ਹੈ। ਅਤੇ ਪ੍ਰਧਾਨ ਜੀ ਕਹਿੰਦੇ ਵੀ ਆਪਰੇਸ਼ਨ ਕਦੋਂ ਕਰੋਗੇ ਜੀ? ਉਹ ਡਾਕਟਰ ਸਾਹਿਬ ਹੱਸ ਕੇ ਕਹਿੰਦੇ ਆਪਰੇਸ਼ਨ ਮੈਂ ਨਹੀਂ ਕਰਨਾ, ਆਪਰੇਸ਼ਨ ਤੁਸੀਂ ਕਰਾਉਣਾ, ਤੁਸੀਂ ਦੱਸੋ ਕਦੋਂ ਕਰੋ। ਉਹ ਕਹਿੰਦੇ ਜੀ ਅੱਜ ਹੀ ਕਰਾਉਣਾ, ਅੱਜ ਹੀ ਕਰਾ ਲਓਗੇ? ਹਾਂਜੀ ਅੱਜ ਹੀ ਕਰਾ ਲਾਂਗੇ। ਉਹਨਾਂ ਨੇ ਜਿਹੜਾ ਉਹ ਬੇਹੋਸ਼ ਵਾਲਾ ਡਾਕਟਰ ਸਾਦੇ ਹੈ, ਉਹਨਾਂ ਨਾਲ ਫੋਨ ਮਿਲਾਇਆ, ਉਹ ਕਹਿੰਦੇ ਅਸੀਂ ਵੀ ਵਿਹਲੇ ਹੀ ਹਾਂ। ਤਾਂ ਡਾਕਟਰ ਸਾਹਿਬ ਕਹਿੰਦਾ ਫੀਸ ਜਮ੍ਹਾਂ ਕਰਾਓ, ਬੈੱਡ ਲਓ ਅਤੇ ਅੱਜ ਹੀ ਆਪਰੇਸ਼ਨ ਕਰ ਦਿੰਦੇ। ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਵੀ ਡਾਕਟਰ ਸਾਹਿਬ ਮੈਂ ਰੋਟੀ ਹੁਣੇ ਖਾ ਕੇ ਤੁਰਿਆ ਫਲਾਣੇ ਤੋਂ। ਉਹ ਕਹਿੰਦੇ ਵੀ ਚੱਲ ਕੋਈ ਨਹੀਂ, ਅੱਧਾ ਘੰਟਾ ਬਾਅਦ 'ਚ ਕਰ ਲਾਂਗੇ। ਅੱਛਾ, ਜਦੋਂ ਉਹ ਡਾਕਟਰ ਸਾਹਿਬ ਨੇ ਮੇਰਾ ਆਪਰੇਸ਼ਨ ਕਰਨਾ ਸ਼ੁਰੂ ਕੀਤਾ, ਤਾਂ ਆਪਾਂ ਤਕਲੀਫ ਹੋਣ ਤੋਂ ਬਾਅਦ ਦੇਸੀ ਦਵਾਈਆਂ ਖਾ ਲੈਂਦੇ ਹਾਂ ਬੇਟੇ। ਉਸ ਦੇਸੀ ਦਵਾਈ ਖਾਣ ਨਾਲ ਮੇਰਾ ਪਿੱਤਾ ਬਿਲਕੁਲ ਗਲਿਆ ਬਸ। ਜਦੋਂ ਡਾਕਟਰ ਸਾਹਿਬ ਨੇ ਖੋਲ੍ਹਿਆ ਤਾਂ ਡਾਕਟਰ ਸਾਹਿਬ ਵੀ ਹੈਰਾਨ ਹੋ ਗਏ ਵੀ ਇਹ ਤਾਂ ਗੱਲ ਗੜਬੜ ਹੈ। ਤਾਂ ਮੇਰਾ ਜਿਹੜਾ ਇਹ 40 ਮਿੰਟ ਦਾ ਆਪਰੇਸ਼ਨ ਹੈ, ਇਹਦੇ 'ਤੇ ਪੂਰੇ 3 ਘੰਟੇ ਲੱਗੇ ਬੇਟੇ। ਐਤਵਾਰ ਦਾ ਦਿਨ ਸੀ, ਫਰੀ ਟਾਈਮ ਲੈ ਕੇ ਗਿਆ ਪਰਮਾਤਮਾ ਮੈਨੂੰ। ਤਾਂ 3 ਘੰਟੇ ਲੱਗਣ ਤੋਂ ਬਾਅਦ ਜਦੋਂ ਮੈਨੂੰ ਆਪਰੇਸ਼ਨ ਥੈਲਟਰ 'ਚੋਂ ਬਾਹਰ ਕੱਢਿਆ ਤਾਂ ਡਾਕਟਰ ਸਾਹਿਬ ਸਾਡੇ ਪ੍ਰਧਾਨ ਸਾਹਿਬ ਨੂੰ ਆਉਂਦੇ ਵੀ ਮਰੀਜ਼ ਤੁਹਾਡਾ ਖੋਲ੍ਹ ਤਾਂ ਲਿਆ, ਇਹਦਾ ਪਤਾ ਤੜਕੇ ਲੱਗੂਗਾ ਵੀ ਕੀ ਹੋਊਗਾ। ਵੀ ਔਖਾ ਹੈ,
वो दस गए उन्होंने गल तो तड़के जो 9 बजे डॉक्टर साहब आए अराउंड से तो उन्होंने आंदा जी ड्रेन पाइप लगी सी उन्होंने वेख्या तो हस के उठ खड़े साढ़े प्रधान साहब न कहें भी गल ही कोई नहीं भी हूँ तेरा मरीज नौ पर नौ है कोई गल ही नहीं किसी गल तो मैं जो डॉक्टर साहब चले गए तो मैं पूछे बाई जी भी की डॉक्टर साहब थोड़े कन्न च गल जी कर गए वो कहना फिर सच दसा मैं भी दसो वो कहें जी जदों डॉक्टर साहब ने कल ऑपरेशन किया ना थोड़ा तेरा अंदरों जमा गलिया हुआ सारा कुछ डॉक्टर साहब को यह सी भी बीमारी दूजी है भी खोलता लिया बीमारी दूजी है तो उस तो बाद भी उन्होंने तेरा फुल सफाई पूरा वो किया मैं जाने परमात्मा का यह शुक्र गुजार है भी जे मेरा बर्मे वाला ऑपरेशन हो जाता तो शायद अज मैं ये दुनिया च ना हूँ मतलब दाग लग्या मैं थोड़े लीवर तक भी सारा सफाई करती हूँ थोड़ी 20 साल उम्र वध गई हूँ कितने तुरे फिर हाँ जी इस करके परमात्मा का लख लख शुक्र गुजार है पुत्र रब नूं जिन्ना मन्निया जावे चंगी गल है ते परमात्मा जरूर बांह फड़दा है जी आपां उहदा नाम लैने आ तां इह तां है ਅੱਪੇ ਅੱਜ ਕੱਲ ਦਾ ਜਿਵੇਂ ਸਮਾਂ ਬਹੁਤ ਤੇਜ਼ੀ ਨਾਲ ਲੰਘੀ ਜਾਂਦਾ ਵਾ ਤੇ ਆਪਣੇ ਕੋਲ ਟਾਈਮ ਹੀ ਨਹੀਂ ਹੈਗਾ ਕਿ ਆਪਾਂ ਆਪਣੇ ਬਜ਼ੁਰਗਾਂ ਦੇ ਨਾਲ ਬਹਿ ਕੇ ਗੱਲਬਾਤ ਕਰੀਏ ਕਿਉਂਕਿ ਆਪਾਂ ਕੰਮਾਂ ਕਾਰਾਂ 'ਚ ਇੰਨੇ ਜ਼ਿਆਦਾ ਬਿਜ਼ੀ ਹੋਏ ਪਏ ਹਾਂ ਸੋ ਇਸ ਵੀਡੀਓ ਦੇ ਰਾਹੀਂ ਤੁਸੀਂ ਕੀ ਇੱਕ ਜਿਹੜਾ ਸੰਦੇਸ਼ ਆ ਉਹ ਨੌਜਵਾਨੀ ਪੀੜ੍ਹੀ ਨੂੰ ਦੇਣਾ ਚਾਹੁੰਦੇ ਹੋ ਬੇਟੇ ਇਹੀ ਬੇਨਤੀ ਹੈ ਨੌਜਵਾਨ ਪੀੜ੍ਹੀ ਨੂੰ ਦੇਖੋ ਅੱਜ ਦਾ ਜਿਹੜਾ ਯੁੱਗ ਹੈ ਇੰਨਾ ਮਹਿੰਗਾਈ ਦਾ ਹੋ ਗਿਆ ਹਰ ਬੰਦੇ ਕੋਲ ਟਾਈਮ ਹੈ ਨਹੀਂ ਹਰ ਬੰਦੇ ਨੂੰ ਭੱਜ ਨੱਠ ਹੈ ਅਤੇ ਪਰ ਨਵੀਂ ਪੀੜ੍ਹੀ ਨੂੰ ਇਹੀ ਬੇਨਤੀ ਕਰਦੇ ਹਾਂ ਚੰਗੀ ਖੁਰਾਕ ਖਾਓ ਨਸ਼ਿਆਂ ਤੋਂ ਬਚੋ ਚੰਗੀ ਸਿਹਤ ਬਣਾਓ ਮਿਹਨਤ ਕਰੋ ਚੰਗਾ ਕਰੋ ਅਤੇ ਚੰਗਾ ਹੀ ਖਾਓ ਸੋ ਇਹ ਸੀਗੀਆਂ ਕੁਛ ਗੱਲਾਂ ਬਾਤਾਂ ਜਿਹੜੀਆਂ ਆਪਾਂ ਬਾਪੂ ਜੀ ਨਾਲ ਕੀਤੀਆਂ ਉਮੀਦ ਕਰਦੇ ਕਿ ਤੁਹਾਨੂੰ ਵੀ ਵਧੀਆ ਲੱਗਿਆ ਹੋਊਗਾ ਇਸੇ ਨਾਲ ਹੀ ਕਰਦੇ ਆਪਾਂ ਇਸ ਵੀਡੀਓ ਦੀ ਸਮਾਪਤੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ